ਦੇ ਸਕਦੇ ਦੋਸਤੋ, ਚਲੋ ਬਾਈਕ ਹਜੇ ਚੱਲਣ ਦੇ ਉੱਪਰ ਨਹੀਂ ਹੈਗਾ, ਪਰ ਕਿਹੜਾ ਕਰਤਾ ਕਰਦੇ ਇਕੱਠਾ।
ਕੀ ਕਹਿਣਾ ਚਾਹੋਗੇ ਵੀ ਆਹ ਮੂੰਹ ਤੇ ਲਾਇਆ ਕੋਲਗੇਟ ਲਾਇਆ ਇਹ ਭਾਈ ਅਥਰੂ ਕਹਿਣ ਦਾ ਜਿਹੜਾ ਉਹ ਅਸਰਾ ਘਟਾ ਦਿੰਦੀ ਹੈ ਕਮਾਲ ਹੈ ਕਿਉਂ ਨੀ ਜਾਵਾਂਗੇ ਰਣਨੀਤੀ ਬਣਾ ਕੇ ਜਾਵਾਂਗੇ ਹੁਲੜਬਾਜੀ ਮੈਂ ਨੌਜਵਾਨਾਂ ਨੂੰ ਕਹਿਣਾ ਨਾ ਕਰੋ ਰਣਨੀਤੀ ਨਾ ਚੱਲੋ ਆਪਣਾ ਨੁਕਸਾਨ ਘੱਟ ਹੋਵੇ ਆਪਣਾ ਫਾਇਦਾ ਜ਼ਿਆਦਾ ਹੋਵੇ ਅਸੀਂ ਨੁਕਸਾਨ ਕਰਾ ਰਹੇ ਹਾਂ ਅਸੀਂ ਨੁਕਸਾਨ ਕਰਾ ਰਹੇ ਹਾਂ ਕੱਲ੍ਹ ਸਾਡਾ 100-200 ਜਾਣਾ ਫੱਟੜ ਹੋਇਆ ਜ਼ਖਮੀ ਹੋਇਆ ਬਾਕੀ ਠੀਕ ਆ ਮਾਹੌਲ ਅੱਧਾ ਬਾਰਡਰ ਸ਼ੰਭੂ ਦਾ ਟੁੱਟ ਚੁੱਕਿਆ ਜਦੋਂ ਜਦ ਅੱਜ ਫੇਰ ਜਾਰੀ ਹੈ ਹੁਣ ਇੱਥੇ ਸਾਰੀ ਰਣਨੀਤੀ ਉਹ ਪਤੰਗ ਚੜ੍ਹ ਗਏ ਉਹ ਵਧੀਆ ਗੱਲ ਆ ਡਰੋਨਾਂ ਨੂੰ ਖਤਮ ਕਰਨ ਲਈ ਪਤੰਗ ਜ਼ਰੂਰੀ ਆ ਜਸਵੀਰ ਸਿੰਘ ਜੀ ਮੇਰਾ ਨਾਮ ਹੈ ਤੁਸੀਂ ਅੱਜ ਬੋਰੀਆਂ ਗਿੱਲੀ ਕਰ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਮੰਜੀ ਕਿਸਾਨੀ ਅੰਦੋਲਨ ਚ ਵੀ ਆਏ ਹੋਏ ਹੋ ਹਾਂਜੀ ਹਾਂ ਤੇ ਗੈਸ ਦੇ ਵੀ ਅੱਜ ਤੁਸੀਂ ਬਚਾਓ ਲਈ ਕੀ ਗੱਲ ਇਹ ਬੋਰੀਆਂ ਭੇਜ ਕੇ ਨਾ ਅਸੀਂ ਆਪ ਦਾ ਬਚਾਅ ਕਰ ਰਹੇ ਹਾਂ ਜੀ ਇਹ ਸਿੱਧਾ ਕਈ ਵਾਰੀ ਅਟੈਕ ਕਰਦੇ ਨੇ ਜੀ ਇਹੋ ਸਾਡਾ ਆਹ ਬਚਾਅ ਕਰ ਰਹੇ ਨੇ ਉਹ ਵੀ ਸਾਡੇ ਬੱਚੇ ਨੇ ਉਹ ਵਿਗਿਆਨੇ ਨਹੀਂ ਹੈਗੇ ਜੀਗੇ ਥੋੜ੍ਹੀ ਜਿਹੀ ਉਹਨਾਂ ਨੂੰ ਬੇਨਤੀ ਹੈ ਜੀ ਇੱਕ ਬੇਨਤੀ ਕਰੇ ਉਹ ਉੱਪਰ ਛੱਡਣ ਗੈਸ ਦੇ ਗੋਲੇ ਸਾਡੇ ਬੰਦਿਆਂ ਦੇ ਅਟੈਕ ਨਾ ਕਰਨ ਜੀ ਫਿਰ ਜੇ ਸਾਡੇ ਬੰਦੇ ਵੀ ਵਿਚਰ ਗਏ ਫਿਰ ਜ਼ਿਆਦਾ ਔਖਾ ਹੋ ਜੂਗਾ ਕੰਮ ਅਸੀਂ ਤਾਂ ਸ਼ਾਂਤੀਪੂਰਵਕ ਨਾਲ ਅਸੀਂ ਲੰਘਣਾ ਚਾਹੁੰਦੇ ਹਾਂ ਜੀ ਕੋਈ ਧੱਕਾ ਨਹੀਂ ਕਰਨਾ ਚਾਹੁੰਦੇ ਇਹ ਵੀ ਸਾਡੇ ਬੱਚੇ ਨੇ ਕੋਈ ਵਿਗਿਆਨੀ ਨਹੀਂ ਹੈਗੇ ਜੀ ਇਹ ਇਹ ਵੀ ਸਾਡੇ ਨੇ ਜੀ ਤਾਂ ਕਰਕੇ ਅਸੀਂ ਕੱਲ੍ਹ 2-3 ਵਾਰੀ ਹੋਈ ਜੀ ਕਿਨੋ 2-3 ਵਾਰੀ ਝੜਪ ਜੀ ਹੋਈ ਕੋਈ ਖਾਸ ਗੱਲ ਨਹੀਂ ਉਹ ਅਸੀਂ ਆਪ ਹੀ ਕੋਈ ਉਹਨਾਂ ਦੇ ਬੰਦੇ ਛੱਡੇ ਹੋਏ ਨੇ ਜੀ ਵੀ ਬੰਦਾ ਪਕੜਿਆ ਇੱਕ ਗੜੀ ਠਾਣੇ ਤੋਂ ਇੱਧਰ ਤੋਂ ਹਰਿਆਣੇ ਤੋਂ ਇਹ ਊੜਾਂ ਆ ਕੇ ਰੋੜੇ ਮਾਰਤਾ ਦੀ ਜੀ ਊੜਾਂ ਆ ਕੇ ਰੋੜੇ ਰਾੜੇ ਮਾਰਿਆ ਕਰਦਾ ਤਾਂ ਕਰਕੇ ਬਦਨਾਮ ਕਰਨਾ ਚਾਹ ਰਿਹਾ ਸੀ ਜੀ ਜਨਤਾ ਨੂੰ।